यार मेरी गल भुख लगी बड़ी तेज इकबाल साहब आए ने काले तो और इन्होंने बहुत तेज भुख लगी तू सवेर का खा रहे खुला पवा लिया बहुत ज्यादा ना काम मशाला बहुत ज्यादा रास्ते ठीक है दुकान ची हो ना जो मेन्यू तुम देख रहे हो ना अल्हम्दुलिल्लाह हर चीज साडे मौजूद है हर चीज मौजूद है जी जी करी तू करी मूरी करी मंगना है तेन मसला की पकौड़े लै गए बिच पौने ठहर जाओ टिक्का पीला लाछा पीला सुप्रीम पीला अच्छा जी पीजे वाली गल है ना मेरा ख्याल इन पीजा पीजा ਕੱਠੇ ਜੰਮੇ ਪਲੇ ਕੋਈ ਜਾਵੇ ਨਾ ਅਗਰ ਜਾਦਾ ਲੈ ਕੇ ਜਾਏ ਇੱਥੇ ਤੇਰੇ ਪੀਜ਼ਾ ਖਾ ਰਿਹਾ याद रखेंगे सारी जिंदगी याद रखेंगे जिस तरह तुम चाहो ना मुश्किल ने आर्डर दियो ये ना आर्डर कह रहे ताडे को नहीं ले जाने तुसी आर्डर दियो अच्छा ओ तुसी कह रहे सी सर्दियां ची ओ की रजाई लपेटा सर शामिल लपेटा बर्गर ओनु कहंदे ने डबल अंडा लपेटा नहीं रजाई ओनु कहंदे ने रजाई लपेटा बर्गर ओ यार ओ नहीं गाना अमीनू लपेटा आकी है ना मेरे को सीता हां ओ जबन कटीटा अच्छा जी अपना ठीक है ओ ऐसा करो मेहरबानी मैं बड़ा का आर्डर लेके आ रहा था ओके तो जल्दी से कर देना क्योंकि इन्हें और भी दो तीन जगह तो दलील होना अच्छा जेडी चिप्स है ਤੁਹਾਡੇ ਕੋਲ ਜੀ ਜੀ ਬਹੁਤੇ ਤੇਲ ਚ ਤੇ ਨਹੀਂ ਫਰਾਈ ਕਰ ਕਿਉਂਕਿ ਪੱਟੀ ਦਾ ਦਿਲ ਨਾ ਮਰਦਾ ਉਹ ਸਰ ਔਰ ਨਹੀਂ ਸਰ ਬਹੁਤੇ ਤੇਲ ਚ ਨਹੀਂ ਲਾਈਕ ਥੋੜੇ ਤੇਲ ਥੋੜੇ ਜੀ ਪਾਈਆ ਤੇਲ ਚ ਕਰ ਦਿਓ ਸਰ ਤੁਸੀਂ ਸਮਝ ਨਹੀਂ ਸਕਦੇ ਇਹਨਾਂ ਦਿਲ ਨੂੰ ਕੋਈ ਮਸਲਾ ਨਹੀਂ ਹੋਏਗਾ ਇਹ ਖਾਣਗੇ ਤਾਂ ਖੁਸ਼ੀ ਕਰ ਜਾਣਗੇ ਇਨਸ਼ਾਅੱਲਾ ਦਿਲ ਨੂੰ ਸਕੂਨ ਹੋਣਾ ਚਾਹੀਦਾ ਮੈਂ ਨਾ ਜੀ ਬਿਹਤਰੀ ਦਿਲ ਨੂੰ ਸਕੂਨ ਹੋਣਾ ਚਾਹੀਦਾ ਵਾਹ ਵਾਹ ਲਓ ਜੀ ਦਿਲ ਨੂੰ ਸਕੂਨ ਪਤਾ ਕਿਸ ਤਰ੍ਹਾਂ ਹੋ ਸਕਦਾ ਆਇਆ ਬਰਗਰ ਤੂੰ ਮਰ ਜਾ ਸਕੂਨ ਹੀ ਸਕੂਨ ਆਇਆ ਬਰਗਰ ਖਾਣੇ ਤੇ ਸਕੂਨ ਲਾਦ ਵਾਲੇ ਬੰਦੇ ਆ ਜ਼ਿੰਗਰ 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 ਸ਼ਵਾਰਮਾ ਬਹੁਤ ਅੱਛਾ ਸਾਡਾ ਤੇਰੀ ਜ਼ਬਾਨ ਤੇ ਜੜਿਆ ਸਸਤਾ ਤੇ ਨਹੀਂ ਤੁਹਾਡਾ ਕਿਤੇ ਖਰਾਬ ਤੇ ਨਹੀਂ ਪਿਆ ਤੁਹਾਡੇ ਕੋਲ ਸਰ ਕੈਸੀ ਗੱਲ ਨਹੀਂ ਸਰ ਬਹੁਤ ਅੱਛੀ ਚੀਜ਼ ਹੈ ਅੱਛਾ ਜੀ ਹਾਂਜੀ ਮੇਨ ਆਈਟਮ ਹੈ ਸਾਡੀ ਗੈਲੀ ਅੱਛਾ ਜੀ ਇਹ ਜਿਹੜੀ ਤੁਹਾਡੇ ਕੋਲ ਚੀਜ਼ ਤੇ ਭਾਜੀ ਜੀ ਜੀ ਇਹ ਵੱਡੇ ਵਾਲੇ ਦੇ ਕਿ ਛੋਟੇ ਦੀ ਕਿਉਂਕਿ
ਪੱਟੀ ਨੂੰ ਵੱਡੇ ਆਲੂ ਬਣਾਏ ਉਹ ਸਰ ਇਹਦੇ ਛੋਟੇ ਵੱਡੇ ਆਲੂ ਦੀ ਕੋਈ ਗੱਲ ਨਹੀਂ ਹੁੰਦੀ ਉਹ ਗੋਸ਼ਤ ਦੇ ਮਸਲੇ ਹੁੰਦੇ ਆ ਇੱਕ ਪਲੇਟ ਸਰ ਤਿੰਨ ਬੰਦੇ ਉਹ ਪਲੇਟ ਸਰ ਬਹੁਤ ਕੁਛ ਇਹ ਜੋ ਜੋ ਤੁਸੀਂ ਦੇਖ ਰਹੇ ਹੋ ਨਾ ਇਸ ਡੱਬੇ ਚ ਸਾਡੇ ਕੋਲ ਪਈਆਂ ਹੋਈਆਂ ਨੇ ਇਹ ਛੱਡ ਦਿਓ ਤੁਸੀਂ ਸਕੂਲ ਅੰਡੇ ਲੈਂਦਾ ਰਹੇ ਇੰਗਲਿਸ਼ ਦੇ ਪੇਪਰ ਚ ਤਾਂ ਅੰਡਾ ਜ਼ਿੰਗਰ ਬਰਗਰ ਹੁੰਦਾ ਹੈ ਜ਼ਿੰਗਰ ਬਰਗਰ ਅੰਡੇ ਵਾਲਾ ਸ਼ਾਮੀ ਵਾਲਾ ਇਹ ਚੀਜ਼ ਆਉਂਦੇ ਬਰਗਰ ਕਹਿੰਦੇ ਉਸ ਚੀਜ਼ ਨੂੰ ਇਸ ਤਰ੍ਹਾਂ ਕੀਤਾ ਹੋਣਾ ਸਰ ਉਹਨੂੰ ਸਰ ਬਰਗਰ ਕਹਿੰਦੇ ਅਲਹਮਦੁਲਿਲਾ ਸਾਡੇ ਕੋਲ ਸਾਰੇ ਪੀਜ਼ੇ ਹੈਗੇ ਸਰ ਹਾਂਜੀ ਬਿਲਕੁਲ ਸਾਰੇ ਹੈਗੇ ਨੇ ਹਾਂਜੀ ਹੁਣ ਆਰਡਰ ਦੇਣਾ ਤੁਸੀਂ ਇੱਥੋਂ ਵੇਖ ਕੇ ਜੇਬ ਚ ਰੱਖਣਾ ਕਿੱਡਾ ਕੋ ਪੀਜ਼ਾ ਹੁੰਦਾ ਵਾ ਲਾਰਜ ਜਿਹੜਾ ਕਿੱਡਾ ਕੋ ਹੁੰਦਾ ਸਰ ਐਡਾ ਉਸ ਲਾਰਜ ਐਡਾ ਕੋ ਪੀਜ਼ਾ ਹੁੰਦਾ ਸਰ ਐਡਾ ਵੱਡਾ ਕਿੱਡਾ ਸੀ ਉੱਤੇ ਲੈਣਾ ਪੀਜ਼ਾ ਪਹਿਲੇ ਕਦੀ ਗਿਆ ਬਰਗਰ ਵਾਲੀ ਦੁਕਾਨ ਤੇ ਤੁਸੀਂ ਐ ਜ਼ਰਾ ਦੱਸੋ ਨਹੀਂ ਲਾਰਜ ਪੀਜ਼ਾ ਕਿੱਡਾ ਹੈਸ਼ ਕਰਦੀ ਉਹਦੇ ਐਡਾ ਕਿੱਡਾ ਪੀਜ਼ਾ ਔਰ ਐਸ਼ ਇਨ ਸਾਰਾ ਸਾਈਜ਼ ਬਣਿਆ ਉੱਤੇ ਨਹੀਂ ਕਿੱਡੇ ਮਰਲੇ ਤੇ ਜਿਹੜਾ ਪੀਜ਼ਾ ਵੱਡਾ ਉਹ ਮਰ ਸਰ ਆਪਸ ਗੱਲਾਂ ਕਰੀ ਜਾ ਰਹੇ ਜੇ ਦੱਸੋ ਖਾਣੀ ਕਿਹੜੀ ਚੀਜ਼ ਦੱਸੋ ਤੁਸੀਂ ਇਹ ਦੱਸੋ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਜਿਹੜਾ ਲਾਰਜ ਪੀਜ਼ਾ ਹੈ ਹਾਂਜੀ ਇਹਦਾ ਫਰੰਟ ਕਿੰਨਾ ਅੱਗੋ ਇਹ ਫਰੰਟ ਉਹ ਭਾਈ ਜਾਨ ਉਹ ਕੈਸਾ ਦੋ ਮੂੰਹ ਵਾਲੀ ਬਿੱਲੀ ਹੁੰਦੀ ਅਰੇ ਖਾਣ ਵਾਲਾ ਹੁੰਦਾ ਖਾਣ ਵਾਲਾ ਮੋਤਰਮ ਅੱਛਾ ਖਾਣ ਵਾਲਾ ਹਾਂਜੀ ਖਾਣ ਵਾਲਾ ਛੋਟਾ ਪੀਜ਼ਾ ਵੀ ਹੈਗਾ ਆ ਛੋਟਾ ਖਾਣਾ ਸਕੂਲੇ ਦਾਖਲ ਕਰਾਉਣਾ ਸਰ ਇਹ ਛੋਟਾ ਹੈ ਇਹ ਮੀਡੀਅਮ ਸਮਾਲ ਛੋਟਾ ਇਹ ਸਾਰਾ ਕੁਝ ਬਣਿਆ ਇੱਕ ਛੋਟਾ ਜਿਹਾ ਕੰਮ ਦੇ ਬਾਅਦ ਨਹੀਂ ਇਹ ਇੱਕ ਬੁਰਕੀ ਵਾਲਾ ਛੋਟਾ ਜਿਹਾ ਤੁਸੀਂ ਲੈ ਸਕਦੇ ਪੀਜ਼ਾ ਦੱਸੋ ਅਸੀਂ ਵੱਡਾ ਪੀਜ਼ਾ ਜਿਹੜਾ ਨਹੀਂ ਹੁੰਦਾ ਹਾਂਜੀ ਉਹਦੇ ਕੋਲ ਮੈਂ ਗਿਆ ਦੁਕਾਨਦਾਰ ਕੋਲ ਮੈਂ ਕਿਹਾ ਵੱਡਾ ਪੀਜ਼ਾ ਲਾ ਦੇ ਜੋ ਲਾਚਾ ਮਾਰਾਂਗਾ ਚਪੇੜਾ ਮਾਰਾਂਗਾ ਅੱਛਾ ਤੁਹਾਡੇ ਕੋਲ ਕਬਾਬ ਵੀ ਹੁੰਦੇ ਨੇ ਹਾਂਜੀ ਹੈ ਟਿੱਕੇ ਵੀ ਹੁੰਦੇ ਨੇ ਤੁਹਾਡੇ ਕੋਲ ਟਿੱਕੇ ਵੀ ਹੁੰਦੇ ਸਾਡੇ ਕੋਲ ਸਾਰਾ ਕੁਝ ਹੁੰਦਾ ਤੁਸੀਂ ਦੱਸੇ ਜਾਓ ਤੁਸੀਂ ਦੱਸੇ ਜਾਓ ਤੇ ਫਰਾਈਡ ਫਰਾਈਡ ਪੱਟੀ ਖਾਣੇ ਮੰਗਾ ਲਓ ਹੈ ਮੰਗਾ ਲਓ ਮੈਂ ਸ਼ਾਇਦ ਵੀ ਜਿੰਦਾ ਮੰਗਾ ਮੈਂ ਕਹਿ ਰਿਹਾ ਪਹਿਲੇ ਇੱਥੇ ਨਾ ਉਹ ਮੰਗਵਾ ਲਈਏ ਚਿਪਸ ਮੰਗਵਾ ਲਈਏ ਜਰਾ ਦੇਖ ਲਈਏ ਕੈਸੀ ਹੈ ਸਮਝਿਆ ਕਰੋ ਭੁੱਖੀ ਦਾ ਗੱਲਾਂ ਵੀ ਹੁੰਦੀਆਂ ਇਹ ਹੁਣ ਜੋ ਤੁਸੀਂ ਕਹਿ ਰਹੇ ਹੋ ਨਾ ਇਹਦਾ ਜਲਦੀ ਜਲਦੀ ਕਹਿ ਲਓ ਇਹ ਤੁਸੀਂ ਵੀ ਉਹੋ ਜਿਹਾ ਤੁਹਾਡਾ ਮਹਿਮਾਨ ਵੀ ਉਹੋ ਜਿਹਾ ਗੱਲ ਹੋ ਗਈ ਪਹਿਲੇ ਨਾ ਉਹ ਆਵਾਜ਼ ਦੇ ਉਹਨੂੰ ਕਿ ਚਿਪਸ ਚਿਪਸ ਹੁਣੇ ਲੈ ਕੇ ਆ ਰਿਹਾ ਇੱਕ ਪਲੇਟ ਚਿਪਸ ਐ ਵੇਖੋ ਨਾ ਆ ਫਜੀਤਾ ਹਾਂ ਹੈ ਜੀ ਜੀ ਫਜੀਤਾ 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 ਓਏ ਇੱਕ ਮਿੰਟ ਫਜੀਤਾ ਓਏ ਫਜੀਤਾ ਆਹਾ ਇਹ ਕੀ ਚੀਜ਼ਾ ਕਬਾਬ ਕ੍ਰਸਟ ਪੀਜ਼ਾ ਚਿਕਨ ਚੀਜ਼ ਅੱਛਾ ਜੀ ਪਹਿਲੇ ਕਿੰਨਾ ਸੋਗੇ ਤੁਹਾਨੂੰ ਦੁਕਾਨ ਪਾਈ ਸਰ ਸਾਡੀ ਦੁਕਾਨ ਨੂੰ ਬਹੁਤ ਦੇਰ ਹੋ ਗਈ ਹੈ ਤੁਸੀਂ ਕਦੀ ਐਡੀ ਅੱਛੀ ਦੁਕਾਨ 'ਚ ਆਏ ਹੀ ਨਹੀਂ ਮੇਰਾ ਖਿਆਲ ਹੈ ਨਹੀਂ 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 ਅੱਲਾ ਮਾਫੀ ਇਹ ਤੁਸੀਂ ਸਿਰਫ ਮੈਂ ਨਹੀਂ ਪੜੇ ਖੁਸ਼ ਖੁਸ਼ ਹੋ ਜਾਣਾ ਮੈਂ ਆਨਾ ਇਹ ਪਹਿਲੀ ਦਫਾ ਆਏ ਨੇ ਇਹਨਾਂ ਨੂੰ ਮੈਂ ਦੱਸਿਆ ਕਿ ਇਹਦੀ ਲਾਚੇ ਦਾ ਸ਼ਵਾਰਮਾ ਬਹੁਤ ਅੱਛਾ ਹੁੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਸ਼ਵਾਰਮਾ ਬਰਗਰ ਮੈਂ ਹਰ ਚੀਜ਼ ਖਾ ਦੇਖੋ ਨਾ ਇਹ ਗੱਲ ਦੱਸੋ ਜੀ ਜੀ ਇਹ ਜੇ ਤੁਸੀਂ ਮਾਇਨੀ ਦਿੰਦੇ ਹੋ ਜੀ ਜੀ ਇਹ ਫ੍ਰੀ ਹੈ ਨਾ ਇਹ ਤਾਂ ਫ੍ਰੀ ਹੈ ਨਾ ਮਿਲ ਸਕਦੀ ਥੋੜੀ ਉਹ ਵੀ ਲਿਆ ਕੇ ਚੈੱਕ ਕਰਾ
ਕੈਸੀ ਹੈ ਉਹ ਸਰ ਗੱਲ ਫ੍ਰੀ ਤੇ ਪਹੁੰਚ ਗਈ ਤੇ ਤੁਸੀਂ ਇਹਦੇ ਫ੍ਰੀ ਨਾ ਹੋਵੋ ਅਸੀਂ ਫ੍ਰੀ ਬੰਦਾ ਪਸੰਦ ਹੀ ਨਹੀਂ ਕਰਦੇ ਹਾਂ ਦੇਖਿਆ ਫ੍ਰੀ ਨਹੀਂ ਦਿੰਦੇ ਹੋ ਤੁਸੀਂ ਕੀ ਚੀਜ਼ ਹੋ ਯਾਰ ਕੁਝ ਖਾਣਾ ਵੀ ਇੱਕ ਬਟਰਾਂ ਦੇ ਪਾਸੀਏ ਚਿਪਸ ਤੇ ਮੰਗਾਣਾ ਉੱਥੇ ਬਣੀ ਪਈ ਤੇ ਤਿਆਰ ਮਿਲਿਆ ਬਿਲਕੁਲ ਤਿਆਰ ਹੈ ਮੰਗਾਮ ਲੈ ਕੇ ਨਹੀਂ ਮੈਂ ਤੇ ਆਪੋ ਜੀ ਕਹਿੰਦੇ ਤੁਹਾਨੂੰ ਮਹਿਮਾਨਾਂ ਦਾ ਖਿਆਲ ਨਹੀਂ ਕਦੋਂ ਦੇ ਬੈਠੇ ਯਾਰ ਕੋਈ ਯਾ ਕਰੀਦਾ ਹੁੰਦਾ ਹੈ ਕੋ ਚਾਹ ਪਾਣੀ ਕੋ ਗੱਲ ਕੋ ਬਾਤ ਮੈਂ ਤੇਰੀ ਗੱਲ ਨਹੀਂ ਲੱਭਦੇ ਉਹ ਸਰ ਗੱਲ ਤੁਸੀਂ ਖਬਰ ਕਰਕੇ ਤੁਹਾਡੇ ਕੋਲ ਆਏ ਇਹਦਾ ਗੱਲਾਂ ਦਾ ਕਾਰੋਬਾਰ ਨਹੀਂ ਚੱਲਦੇ ਲੋਦੀ ਸਾਹਿਬ ਹਾਂਜੀ ਉਹ ਕਲਾਸ ਦੇ ਖੜੇ ਜਿਹੜਾ ਬੰਦੇ ਅੱਛਾ ਜਿਹੜਾ ਪੀਲਾ ਵੇਖੋ ਨਾ ਹਾਂਜੀ ਵੀ ਕਾਲੇ ਕਾਲੇ ਫੋੜੇ ਨਹੀਂ ਕਰੇ ਪੀਲ ਰੁਕੀ ਹੈ ਸਰ ਇਹ ਸ਼ਾਰਲਿੰਗ ਕੀਤੀ ਹੈ ਡਿਜ਼ਾਈਨਿੰਗ ਕੀਤੀ ਹੁੰਦੀ ਹੈ ਖੂਬਸੂਰਤੀ ਵਾਸਤੇ ਆਵੇ ਆਵੇ ਲੋਦੀ ਆਵੇ ਅੱਛਾ ਅੱਗੇ ਨੇ ਖਾ ਕੇ ਲੋ ਤੇ ਫੋੜੋ ਖਜਾ ਤੇ ਹਾਂ ਅੱਗੇ ਨੇ ਖਾਦਾ ਪਿਆ ਉਹ ਭਾਈ ਖਾ ਝੂਠੇ ਪੀਜ਼ੇ ਵੇਚਦੇ ਝੂਠੇ ਡਿਜ਼ਾਈਨਿੰਗ ਹੈ ਖੂਬਸੂਰਤੀ ਹੈ ਝੂਠੇ ਪੀਜ਼ੇ ਆ ਗਾ ਜੀ ਖੂਬਸੂਰਤੀ ਜੋ ਖਾਦਾ ਉਹਨੇ ਕਹਿੰਦਾ ਖੂਬਸੂਰਤੀ ਓਏ ਇੱਕ ਪੀਸ ਖਾਦਾ ਤੂੰ ਤੇ ਨਹੀਂ ਖਾਦਾ ਉਹ ਭਾਈ ਹਰਾਮ ਜਾਨਵਰ ਦਾ ਪੈਰ ਹੁੰਦਾ ਹੈ ਉਹ ਖੁਦਾ ਦਾ ਖੋਫ ਹੋ ਯਾਰ ਤੁਸੀਂ ਕੁਝ ਲੈਣ ਦੇ ਨਾਲ ਹੀ ਗੱਲ ਵੀ ਕਰੋ ਓਏ ਆ ਲੋ ਲੋਦੀ ਆ ਪੀਜ਼ੇ ਤੇ ਕੈਪਸੂਲ ਲਾਇਆ ਜੀ ਇਸ ਤੋਂ ਪਹਿਲੇ ਕਿ ਮੈਨੂੰ 15 ਤੇ ਕਾਲ ਕਰਨੀ ਪਵੇ ਜੇ ਕੁਝ ਖਾਣਾ ਹੈ ਤੇ ਆਰਡਰ ਦੇ ਦਿਓ ਯਾਰ 15 ਵਾਲੇ ਤੇਰੇ ਵਾਕਫ ਅਲਹਮਦੁਲਿਲਾ ਬੇਟਾ ਉੱਥੇ ਹੁਣੇ ਬੈਠੇ ਮੈਨੂੰ ਨਾ ਉਹਨਾਂ ਦਾ ਨੰਬਰ ਦੇ ਦੇ ਮੈਨੂੰ ਚਾਹੀਦਾ ਹੈ ਤੁਸੀਂ ਕਰਨਾ ਆਹ ਮੇਰੀ ਮੋਟਰਸਾਈਕਲ ਕੋਈ 15 ਵਾਲੇ ਤੋਂ ਕਾਲ ਕਰਦੀ ਸਰ ਤੁਸੀਂ ਨਹੀਂ ਹੋ ਪੀਦਾ ਕਿ ਬੱਤੀ ਬੋਰਦਾ ਅੱਛਾ ਅਗਰ ਪੀਦਾ ਪੈਕ ਕਰਾ ਕੇ ਲੈ ਜੀ ਫਿਰ ਕਿੰਨੇ ਪੈਸੇ ਸਰ ਹੋਮ ਡਿਲੀਵਰੀ ਫ੍ਰੀ 1150 ਹਾਂਜੀ ਇਸ ਤਰ੍ਹਾਂ ਕਰੋ 50 ਰੁਪਏ ਦਾ ਉਤੋਂ ਕੁਝ ਕੱਢ ਲਓ ਤੇ ਆ ਮੇਰੇ ਖਿਆਲ ਆਂਡਾ ਵੀ ਕਢਾ ਦਈਏ ਵਿੱਚ ਆਂਡਾ ਵੀ ਕੱਢ ਦਈਏ ਇਹ ਵੀ ਕੱਢ ਦਈਏ ਆ ਬਿਲਕੁਲ ਤੋ ਰਾਤ ਤੇ ਤੁਹਾਨੂੰ ਤਿੰਨਾਂ ਨੂੰ ਵੀ ਕੱਢ ਦਈਏ ਇਹ ਥੋੜਾ ਚਿਕਨ ਵੀ ਕੱਟ ਕਰਨਾ ਪਤਾ ਕਿਉਂ ਮੇਰੇ ਦੰਦ ਚ ਫਸ ਜਾਂਦਾ ਐ ਕਰਨਾ ਜ਼ਰਾ ਐ ਇਹਨਾਂ ਦੰਦਾਂ ਕਦੀ ਚਿਕਨ ਖਾਦਾ ਨਹੀਂ ਅਲਹਮਦੁਲਿਲਾ ਪੱਟੀ ਹਾਂਜੀ ਚਿਕਨ ਦੇ ਨਾ ਖਾਣਾ ਤੂੰ ਚਿਕਨ ਕਰ ਦੋ ਭਾਈ ਹਾਂਜੀ ਕਰ ਦਿਓ ਚਿਕਨ ਕੱਟਤਾ ਇਹ ਵੀ ਕਰ ਦਿਓ ਇਹ ਪੂਰਾ ਪੀਜ਼ਾ ਹੈ ਕਿਤੇ ਕਰ ਦਿਓ ਇਹ ਕਰ ਦਿਓ ਕਰ ਦਿਓ ਇਹਨੂੰ ਵੀ ਕਰ ਦਿਓ ਭਾਈ ਜਾਨ ਅਸੀਂ ਅਲਹਮਦੁਲਿਲਾ ਫੇਸ ਵਾਸ਼ ਨਾਲ ਹੱਥ ਧੋਨੇ ਆ ਸਰ ਮੈਂ ਭੇਜ ਰਿਹਾ ਚਿਪ ਸਾਡੇ ਕੋਲ ਤੁਸੀਂ ਨਾ ਭਜਵਾੜੀ ਆਪ ਲੈ ਕੇ ਨਹੀਂ ਆ ਕਿਉਂਕਿ ਤੁਸੀਂ ਖੁਰ ਕੇ ਬਹੁਤ ਗਲਤ ਜਗ੍ਹਾ ਜਾ ਭੇਜੋ ਮੈਂ 1 ਮਿੰਟ ਚ ਭੇਜ ਰਿਹਾ ਤੇ ਜ਼ਿਆਦਾ ਗੱਲਾਂ ਨਾ ਕਰਨਾ ਬੰਦਾ ਗੱਲ ਹੀ ਪੈ ਜਾਂਦਾ ਹੁੰਦਾ ਕੋਲਡ ਡਰਿੰਕ ਪੜੀ ਮੀਨੀ ਨੂੰ ਹਾਂਜੀ ਮੰਗਾ ਲਓ ਕੋਲਡ ਡਰਿੰਕ ਉਹਨੇ ਕੋਲਡ ਡਰਿੰਕ ਪੜੀ ਕਹਿੰਦਾ ਮੈਨੂੰ ਪੀਣੀ ਕੋਲਡ ਡਰਿੰਕ ਦੀ ਵਿੰਡਾ ਪੜੀ ਕਹਿੰਦਾ ਪੜੀ ਠੀਕ ਹੈ ਜੀ ਦਾ ਸਾਹ ਦਾ ਮਸਲਾ ਹੈ ਪੜੀ ਨੂੰ ਛਾਤੀ ਦਾ ਵੀ ਪ੍ਰੋਬਲਮ ਹੈ ਜੀ ਨਸ ਗਿਆ ਹੈ ਸਾਹ ਦਾ ਮਸਲਾ ਹੈ ਉਹਦੀ ਕੋਲਡ ਡਰਿੰਕ ਤੂੰ ਪੀਣੀ ਹੈ ਦਿਲ ਤੇ ਬੜਾ ਕਰ ਰਿਹਾ ਕਿ ਤੂੰ ਪਿਆ ਮੈਨੂੰ ਲੇਕਿਨ ਨਹੀਂ ਦੇਖਿਆ ਕੋਡਿੰਗ ਸਾਡੇ ਚ ਕੋਈ ਵੀ ਨਹੀਂ ਪੀਂਦਾ ਓ ਨੋ ਇਹ ਵੀ ਕੋਈ ਨਹੀਂ ਖਾਂਦਾ ਕਿਹੜਾ ਆ ਜੋ ਤੁਹਾਨੂੰ ਮੈਂ ਕਹਿ ਰਿਹਾ ਵੀ ਕੋਈ ਨਹੀਂ ਖਾਂਦਾ ਸਾਗ ਦਾ ਸੀਜ਼ਨ ਹੈ ਹਾਂ ਸਾਗ ਦਾ ਸੀਜ਼ਨ ਬੜਾ ਜੋ ਤੇ ਸਾਗ ਲੱਗਾ ਹੋਵੇ ਹਾਂ ਨਾਲ ਬਾਥੂ ਓ ਨੋ ਤੇ ਫਿਰ ਕਿੰਨੇ ਕਿਹਦਾ ਪੀਜ਼ਾ ਹੋਇਆ ਕਿਉਂਕਿ ਸਾਡਾ ਨਾ ਦਿਲ ਦਾ ਮਸਲਾ ਪੱਟੀ ਦਾ ਇਹਨੇ ਖਾਣੀ ਨਹੀਂ ਹੁੰਦੀ ਵੈਜੀਟੇਰੀਅਨ ਸਰ ਇਹ ਮੈਨੂੰ ਉਂਝ ਆਸਟ੍ਰੇਲੀਅਨ ਲੱਗਣ ਰਿਹਾ ਇਹਦੇ ਤੇ ਸਾਗ ਸੂਗ ਨਹੀਂ ਲੱਗਦਾ ਮੇਰੀ ਗੱਲ ਸੁਣੋ ਤੁਸੀਂ ਪੀਜ਼ਾ ਰਹਿਣ ਦਿਓ ਤੁਹਾਡੇ ਵਾਸਤੇ ਮੈਂ ਟਾਇਰ ਨੂੰ ਅੱਗ ਲਾ ਲਿਆਉਣਾ ਬੰਦ ਹੋਈ ਇਸਾ ਕਰਾ ਪੀਜ਼ਾ ਹੈ ਜਿਹੜਾ ਵੱਡਾ ਦਾ ਕੋਸ਼ਿਸ਼ ਕਰੇ ਛੋਟਾ ਜੀ ਅੱਛਾ ਪੱਟੀ ਦੀ ਸੇਧ ਮਾਰੀ ਹੈ ਪੱਟੀ ਹੈ ਵੀ ਨਿਕਾ ਜਿਆ ਆਹੋ ਇਹਦੇ ਲਈ ਪੂਰੇ ਕਰ ਲਿਆਣੇ ਪੀਜ਼ੇ ਭਾਈ ਹੈ ਇਹ ਹੋ ਗਿਆ ਮੈਂ ਜਿਹੜੀ ਉਹ ਪੱਟੀ ਲਈ ਪੂਰੇ ਲੈ ਆਓ ਤੇ ਸਾਡੇ ਲਈ ਪੀਜ਼ਾ ਇੱਕ ਬੜਾ ਨਾ ਨਹੀਂ ਮੈਂ ਤੇ ਉਹ ਖਾਣਾ ਪਰ ਤੁਸੀਂ ਪੀਜ਼ਾ ਖਾਓ ਮੈਂ ਪਰ ਹਾਂਜੀ ਤੁਸੀਂ ਇਸੇ ਕਰੋ ਆਰਡਰ ਲਾਓ ਜੀ ਦਵੋ ਜੀ ਆਰਡਰ ਕੋਈ ਦਵੋਗੇ ਤੇ ਫੇਰ ਹੀ ਹੱਥ ਲੈ ਕੇ ਜਾਵਾਂਗੇ ਦੁਬਾਰੀ ਲੈ ਤੁਸੀਂ ਆਰਡਰ ਦਿਓ ਬੰਦੇ ਤਿਆਰ ਨੇ ਹਾਂ ਆਰਡਰ ਦਿਓ ਤੁਸੀਂ ਆਰਡਰ ਦਿਓ ਐ ਦੂਰੋਂ ਉਂਗਲ ਅੰਗ ਲਾ ਲਓ ਤੁਸੀਂ ਬਸ ਹੁਣ ਤੁਸੀਂ ਆਰਡਰ ਦੇਣਾ ਅੱਛਾ ਵੀ ਇਸ ਤਰ੍ਹਾਂ ਕਿ ਹਾਂ ਆਰਡਰ ਦਿਓ ਇੱਕ ਪੀਜ਼ਾ ਲਾਰਜ ਤੁਸੀਂ ਵੀ ਉਂਗਲ ਨਹੀਂ ਲਾਉਣੀ ਉਂਝ ਦੱਸੋ ਇੱਕ ਪੀਜ਼ਾ ਲਾਰਜ ਅੱਛਾ ਜੀ ਇੱਕ ਛੋਟਾ ਪੀਜ਼ਾ ਅੱਛਾ ਜੀ ਬਿਲਕੁਲ ਮੀਡੀਅਮ ਕੀ ਹਾਂ ਜੀ ਸਮਾਲ ਹਾਂ ਜੀ ਐ ਮੀਡੀਅਮ ਅੱਛਾ ਜੀ ਐ ਤਿੰਨੇ ਪੀਜ਼ਾ ਕੱਢ ਕੇ ਨਾ ਜੀ ਹਾਂ ਜੀ ਤੁਸੀਂ ਬਰਗਰ ਲਿਆਣੇ ਨੇ ਤਿੰਨ ਅੱਛਾ ਪੀਜ਼ੇ ਕੱਢ ਕੇ ਜੀ ਜੀ ਤੇ ਬਰਗਰ ਤਿੰਨ ਕਿੰਨੇ ਲੋਜੀ ਤੂੰ ਖਾਣਾ ਬਰਗਰ ਲੈ
ਮੈਂ ਹੀ ਤਾਂ ਖਾਣ ਆਣਾ ਹੈ ਇੱਥੇ ਤੂੰ ਪਤਾ ਨਹੀਂ ਸਕੂਲੋਂ ਆਇਆ ਤੂੰ ਕਦੀ ਬਰਗਰ ਖਾ ਲੈਂਦਾ ਨਹੀਂ ਚਿਪਸ ਖਾ ਲੈਂਦਾ ਆ ਬਣ ਯਾਰ ਇਹ ਤਿੰਨ ਬਰਗਰ ਮੇਰੀ ਜਾਨ ਅੱਛਾ ਜੀ ਤੇ ਆਂਡਾ ਲਾਣਾ ਵਿੱਚ ਇਹ ਆਂਡਾ ਮੁਰਗੀ ਦਾ ਦਾ ਨਾ ਨਹੀਂ ਨਹੀਂ ਮੇਰੇ ਨਹੀਂ ਸੁਤਰ ਮੁਰਗ ਦਾ ਬੇਟਾ ਐਸਾ ਕਰ ਤੂੰ ਕੋ ਖਾਨਦਾਨੀ ਮੁਰਗੀ ਵੇਖ ਕੇ ਨਾ ਡਿਜੀਟਲ ਮੁਰਗੀ ਡਿਜੀਟਲ ਖਾਨਦਾਨੀ ਮੁਰਗੀ ਹੋਵੇ ਉਹਦਾ ਆਂਡਾ ਠੀਕ ਹੈ ਹਾਂ ਹਾਂ ਮੁੱਲ ਤੇ ਆਵੇ ਨਾ ਲੱਗਦਾ ਸਵਾ ਤੋ ਭੁੱਖੇ ਹੋ ਤੁਸੀਂ ਛੋਟੇ ਆ ਮੈਂ ਹੁਣ ਮਗਾਉਣ ਲਗਾ ਤੇ ਹੈ ਨਾ ਕੁਛ ਕੋਲ ਸਾਰਾ ਕੁਛ ਤੁਹਾਡਾ ਮੈਂ ਸੁਣ ਲਿਆ ਤੇ ਮੈਂ ਕਰ ਲਿਆ ਬਰਦਾਸ਼ਤ ਹੁਣ ਬਰਦਾਸ਼ਤ ਤੋਂ ਬਾਹਰ ਹੈ ਤਿੰਨ ਬਰਗਰ ਇੱਕ ਚਿਪਸ ਸਰ ਤੁਹਾਨੂੰ ਪਤਾ ਹੀ ਨੀ ਤੁਸੀਂ ਕੀ ਕੀਤਾ ਹੁਣ ਤੱਕ ਸਾਡੀ ਪੂਰੀ ਦੁਕਾਨ ਡਿਸਟਰਬ ਕਰਤੀ ਤੁਸੀਂ ਦੇਖੋ ਗਾਹਕ ਪਰੇਸ਼ਾਨ ਹੋ ਰਹੇ ਹੋ ਦੇਖੋ ਨਾ ਸਾਡਾ ਤੇਰੀ ਦੁਕਾਨ ਤੇ ਘਰ ਪਾਤਾ ਹਾਂ ਲੈ ਕੇ ਆ ਹੈਲੋ 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 ਨਾਕਾ ਲਾ ਕੇ ਜਿੰਨ ਫੜਿਆ ਹੁੰਦਾ ਓਏ ਸਾਡੀ ਬੌਸ ਨੂੰ ਜੁਗਤਾ ਕਰ ਰਹੇ ਛੋਟੇ ਵੱਡੇ ਨੂੰ ਭੇਜੇ ਵੱਡੇ ਨੂੰ ਐ ਖਲੋਤਾ ਹੈ ਵੱਡਾ ਉਹਨੇ ਆਰਡਰ ਲੈ ਕੇ ਆਣਾ ਇੱਥੇ ਛੋਟਾ ਨਾ ਬੰਜੀ ਦਾ ਛੋਟਾ ਹੈਗਾ ਪੁੱਤ ਛੋਟਾ ਨਾ ਬਈ ਉਹ ਹੁੰਦਾ ਨਾ ਛੋਟਾ ਪਾਏ ਨਾ ਕੀ ਨਾ ਛੋਟਾ ਛੋਟਾ ਇਹ ਵੀ ਬਲਾਵਕਤ ਨਹੀਂ ਹੋ ਸਹੀ ਯਾਰ ਵੱਡਾ ਵੱਡਾ ਦੇ ਨਾਲ ਦੇਖੋ ਯਾਰ ਇਹ ਇੱਡਾ ਕੀ ਇੱਡਾ ਕੀ ਇਹ ਸਕੂਲੇ ਦਾਖਲ ਕਰਾਉਣਾ ਸੀ ਉਹ ਤੁਸੀਂ ਕਹਿ ਰਹੇ ਹੋ ਛੋਟਾ ਛੋਟਾ ਉਹ ਸਰ ਤੁਸੀਂ ਲੱਗਦਾ ਕਿ ਇਹ ਜਗਤ ਅੱਜ ਤੋਂ ਜਿੰਦੋਂ ਆਰਡਰ ਮਗਾਈਦਾ ਨਾ ਉਹ ਵੱਡਾ ਵੀ ਹੋਵੇ ਤੇ ਉਹਨੂੰ ਛੋਟਾ ਹੀ ਹੁੰਦਾ ਕਈ ਤਾਂ ਛੋਟਾ ਮੈਂ ਛੋਟਾ ਤੁਸੀਂ ਵੱਡੇ ਹੋ ਕਿ ਛੋਟੇ ਮੈਂ ਵੱਡਾ ਹਾਂ ਛੋਟਾ ਜੀ ਉਹ ਛੋਟਾ ਹਾਂ ਉਹ ਛੋਟਾ ਤਾਂ ਉਹਨੂੰ ਛੋਟੇ ਕਹੀ ਤੂੰ ਵੱਡਾ ਹੋ ਛੋਟਾ ਹਾਂ ਜੀ ਮੈਂ ਬੈਠਾ ਸਾਰਾ ਖਤਰ ਦੇਖੋ ਕੰਮ ਚਲਾਇਆ ਤਾਂ ਹੋਰ ਕੋਈ ਕੰਮ ਨਹੀਂ ਲੱਭਾ ਉਹ ਭਾਈ ਜਨ ਕਾਰੋਬਾਰ ਹੈ ਉਹ ਘਰ ਕੋ ਹੈ ਕਿ ਨਹੀਂ ਤੁਹਾਡੇ ਉਹ ਕਰਦੇ ਅਲਹਮਦੁਲਿਲਾ ਕਰਦੇ ਚੋਰੀ ਹੋ ਜਾਏ ਹਾਂ ਪਿੱਛੇ ਉਹ ਇਹ ਵੀ ਗੱਲ ਹੈ ਕਿ ਉਹ ਭਾਈ ਨੇ ਕਾਰ ਛੋਟਾ ਵੀ ਇੱਥੇ ਵੱਡਾ ਵੀ ਇੱਥੇ ਕੋਈ ਅੰਮੀ ਦੇ ਘਰ ਨਾ ਉਹ ਤਾਂ ਨਹੀਂ ਇੱਥੇ ਬਾਕੀ ਜੀ ਘਰ ਨੇ ਪਾਏ ਨਾ ਅੱਛਾ ਅੰਮੀ ਘਰ ਨੇ ਅੰਮੀ ਘਰ ਨੇ ਤੇ ਜਿੰਨੇ ਤੇਰੇ ਇੱਥੇ ਜੀ ਆ ਪਰ ਅੰਮੀ ਤੇ ਵੀ ਛੱਡ ਅੱਛਾ ਉਹ ਵਿੱਚ ਹੋਦਾ ਇੱਥੇ ਕਿਤੇ ਨਹੀਂ ਹੈਲੋ ਅੰਮੀ ਘਰ ਹੈ ਪਾਏ ਨੇ ਬਿਜ਼ਨਸ ਭਰਾ ਰਲ ਕੇ ਕਰਦੇ ਨੇ ਉਹ ਅੱਬੂ ਖੋਤੇ ਨੇ ਉਹ ਵੱਡੇ ਪਾਏ ਨੇ ਉਹ ਛੋਟੇ ਪਾਏ ਨੇ ਜਿਹਨੂੰ ਛੋਟਾ ਚਾਹੀਦਾ ਨਾ ਆਹੋ ਉਹ ਸਭ ਤੋਂ ਛੋਟਾ ਪਾਏ ਹੁਣ ਤੁਸੀਂ ਦੱਸੋ ਕਰ ਲਈ ਆਰਡਰ ਛੋਟੇ ਲੈ ਯਾਰ ਯਾਰ ਲੈ ਕੇ ਆ ਰਹੇ ਆਰਡਰ ਪਾਏ ਨਾ ਲਿਆ ਯਾਰ ਤੁਸੀਂ ਜਰਾ ਆਪੋ ਜੀ ਮੇਰੀ ਗੱਲ ਸੁਣੋ ਮਦਰ ਖਾਲੇ ਚੁੱਪ ਕਰ ਜੋ ਛੱਡ ਦੇ ਤੂੰ ਹੱਥ ਮਲਾ ਹੱਥ ਮਲਾ ਜੇ ਸਾਰਾ ਗੱਲ ਪੱਕੀ ਹੋਵੇ ਵਾਹ ਇਹ ਉਹ ਕਿੱਥੇ ਲੈ ਗਿਆ ਆ ਰਿਹਾ ਆ ਗਿਆ ਵੀ ਆ ਗਿਆ ਬਰਗਰ ਵੀ ਲਿਆ ਬਰਗਰ ਵੀ ਲਿਆ ਆ ਰਿਹਾ ਉਹ ਇੱਕ ਨਾ ਇੱਕ ਨਹੀਂ ਲੋਡਿਡ ਫ੍ਰਾਈਜ਼ਿੰਗ ਅੱਛਾ ਜੀ ਯਾਰ ਵੇਖ ਰਿਹਾ ਲੱਗਦਾ ਚਿਪ ਜ਼ਖਮੀ ਹੋਈ ਇਹਨਾਂ ਤੇ ਕੋਲ ਕੁਛ ਨਹੀਂ ਹੋਣਾ ਤੇ ਰੱਖ ਖਿਆਲ ਲੈ ਲਿਆਓ ਲਿਆਓ ਬਰਗਰ ਲਿਆਓ ਬਰਗਰ ਲਿਆਓ ਬਰਗਰ ਹਾਂ ਜੀ ਵਾਹ ਇਹ ਅੱਛਾ ਇਹ ਚਿਪ ਦੇ ਪੈਸੇ ਕੱਟਨੇ ਨੇ ਚਟਨੀ ਦੇਣੀ ਦੇਖੋ ਮੈਂ ਤੁਹਾਡੀ ਦੁਕਾਨ ਤੇ ਬਹੁਤ ਖੁਸ਼ ਹਾਂ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਬਾਜ਼ਾਰ ਚ ਬਾਹਰ ਦੀ ਦੁਕਾਨ ਹੈ ਜਿਹੜੀ ਠੰਡੀ ਚਿਪਸ ਉਹ ਹੈਲੋ ਭਾਈ ਨੂੰ ਗਰਮ ਹੈ ਸਰ ਗਰਮ ਚਿਪਸ ਹੈ ਅੱਛਾ ਗਰਮ ਹਾਂ ਓਏ ਮੇਰਾ ਸੜ ਗਿਆ ਇੰਨੀ ਗਰਮ ਓਏ ਤੂੰ ਨਾ ਲਗਾਈ ਓਏ ਓਏ ਬੜੀ ਗਰਮ ਬੜੀ ਗਰਮ ਹੈ ਚੁਕਲਾ ਬਈ ਓ ਨਹੀਂ ਨਹੀਂ ਉਹ ਪੱਟੀ ਨੇ ਮੋਰ ਮੂੰਹ ਭਰ ਲਿਆ ਜੀ ਮੈਂ ਆਖਰੀ ਵਾਰੀ ਖਾਣੀ ਹੁੰਦੀ ਬਰਗਰ ਤੇ ਮੰਗਾ ਦਿਓ ਪਰ ਬਰਗਰ ਵੀ ਆ ਰਿਹਾ ਤਾਂ ਆਰਡਰ ਤੂੰ ਇੰਜ ਕਰਨਾ ਜਿਵੇਂ ਨਾ ਐ ਪੈਸੇ ਫੜੇ ਨੇ ਤੂੰ ਤੋਂ ਆਰਡਰ ਕਰੀ ਜਾ ਰਿਹਾ ਓਏ ਪੈਸੇ ਦੀ ਫਿਕਰ ਹੀ ਕੋਈ ਤੂੰ ਤਾਂ ਨਹੀਂ ਪੈਸੇ ਹਾਈ ਬੈਂਕਾਂ ਚ ਆ ਗਿਆ ਤੁਹਾਡਾ ਰਜ਼ਾਈ ਲਪੇਟਾ ਬਰਗਰ ਦਿਲ ਓਏ ਦਿਲ ਵਾਲਾ ਹਾਂ ਪੱਟੀ ਤੂੰ ਤਾਂ ਮਨਾ ਤੈਨੂੰ ਕਿਉਂ ਮੈਨੂੰ ਕਿਉਂ ਮਨਾ ਮੈਂ ਡਾਟਾ ਨੇ ਮਨਾ ਕੀਤਾ ਸਰ ਦੇਖੋ ਜ਼ਰਾ ਯਾਰ ਕੀ ਖੂਬਸੂਰਤ ਓ ਵਾਹ ਜੀ ਵਾਹ ਇਹ ਪਲੇਟ ਤੜੀ ਹੋ ਰਿਹਾ ਹੈ ਆ ਸਰ ਇਹ ਦੇਖ ਰਹੇ ਹੋ ਇਹ ਦਿਲ ਹੋਰ ਲੱਭ ਰਹੀ ਯਾਰ ਇਹ ਦਿਲ ਦੇਖ ਰਹੇ ਹੋ ਨਾ ਦਿਲ ਕੇ ਰਮਾਂਸ ਕੋ ਬੈਗ ਚੱਲ ਰਹੀ ਤੇ ਵਿੱਚ ਨਹੀਂ ਬੋਲਣਾ ਬਾਅਦ ਓਕੇ ਠੀਕ ਐਸ ਸਰ ਦਿਲ ਦੇਖ ਰਹੇ ਹੋ ਨਾ ਹੈ ਇਹ ਦਿਲ ਦੇਖ ਰਹੇ ਹੋ ਨਾ ਸਾਡਾ ਸਾਡਾ ਦਿਲ ਹੀ ਨਾ ਵੇਖਿਆ ਤੁਹਾਨੂੰ ਹਾਂ ਲੋ ਜੀ ਭੱਟੀ ਸਾਹਿਬ ਹਾਂ ਜੀ ਪੂਰੇ ਅੰਡੇ ਦਾ ਖਾਣਾ ਹੀ ਨਹੀਂ ਇਹ ਤੀਸਰਾ ਦਿਲ ਵਾਲਾ ਬਰਗਰ ਆ ਗਿਆ ਲੋ ਮਾਸ਼ਾ ਅੱਲਾਹ ਵਾਹ ਜੀ ਵਾਹ ਕੋਈ ਇਹਨੇ ਲਿਆਈਏ ਤੇ ਖਰਾਬ ਤੇ ਨਹੀਂ ਆ ਨਹੀਂ ਪੰਜ ਤਾਜ਼ੇ ਲਾ ਕੇ ਦਿੱਤੇ ਤਾਂ ਅੱਛਾ ਹਾਂ ਸਰ ਇਹ ਜਿਹੜੇ ਦਿਲ ਵਾਲੇ ਬਰਗਰ ਦੇਖ ਰਹੇ ਹੋ ਨਾ ਇਹਨਾਂ ਦੇ ਤੇ ਗਾਣਾ ਬਣਿਆ ਕੀ ਦਿਲ ਕੇ ਰਮਾਸੂ ਬਹਿ ਗਏ ਹੈ ਅਲਹਮਦੁਲਿਲਾ ਜੀ ਪੂਰੇ ਲਾਹੌਰ ਨੂੰ ਪਤਾ ਸਰ ਟੇਸਟ ਦਾ
ਹਾਂਜੀ ਪੂਰੇ ਲਾਹੌਰ ਨੂੰ ਪਤਾ ਹੈ ਮਸ਼ਹੂਰ ਚੀਜ਼ ਹੈ ਅਲਹਮਦੁਲਿਲਾ ਤੁਸੀਂ ਜਦੋਂ ਆਓਗੇ ਸਾਡੇ ਕੋਲ ਰਸ਼ ਮਿਲੇਗਾ ਤੁਹਾਨੂੰ ਅੱਛਾ ਜੀ ਹਾਂ ਨਹੀਂ ਕੋ ਪਹਿਲੇ ਲੈਣ ਵੀ ਆਏ ਬੰਦੇ ਕਿ ਵੈਦਰ ਨਹੀਂ ਨਹੀਂ ਉਹ ਸਰ ਕਸਟਮਰ ਕਸਟਮਰ ਇਹ ਹਮਾਰੇ ਟੇਸਟ ਕੀ ਬਾਤ ਹੈ ਲੋ ਜੀ ਭਾਜੀ ਹਾਂਜੀ ਹਾਂਜੀ ਮਜ਼ਾ ਕਮਾਲ ਹੋ ਗਿਆ ਮਜ਼ਾ ਹੈ ਮਜ਼ਾ ਮਜ਼ਾ ਆ ਗਿਆ ਨਾ ਸਾਲ ਦੂਰ ਸਾਲ ਤੁਹਾਨੂੰ ਮਿਲ ਬਣੇਗਾ ਕਿਉਂਕਿ ਜਿੰਨਾ ਤੂੰ ਖਾ ਲਿਆ ਤੇਰਾ ਸਾਲ ਬਣਦਾ ਗਿਆ ਨਹੀਂ ਅੱਛਾ ਇਹ ਪੈਸੇ ਜੀ ਹੈ ਦਿਨੇ ਮਾਰੇ ਚੱਲੇ बोतल पी गए ਸਾਰਾ ਜੋ ਤੁਸੀਂ ਖਾਦਾ ਹੈ ਹਾਲ ਤੱਕ ਤੁਹਾਡੇ ਮੂੰਹ ਸਿਰ ਹਰ ਜਗ੍ਹਾ ਤੇ ਲੱਗਾ ਹੈ ਦੇਖੋ ਮੇਰੀ ਗੱਲ ਸੁਣੋ ਹਾਂਜੀ ਕਿਹੜਾ ਵਾਲਾ ਕਾਰੋਬਾਰ ਚੱਲ ਰਿਹਾ ਹੈ ਅਲਹਮਦੁਲਿਲਾ ਪਾਲ ਸਭ ਤੋਂ ਹੋਰ ਤੇਜ਼ ਚੱਲ ਰਿਹਾ ਹੈ ਹਾਂਜੀ ਸਮਝਿਓ ਹਾਂਜੀ ਕਿੱਲਰ ਤੋਂ ਬੜਾ ਦੇਣਾ ਤੁਸੀਂ ਸਾਨੂੰ ਦਿੱਤਾ ਨਾ ਹਾਂਜੀ ਅੱਲਾ ਬੜਾ ਦੇਗਾ ਤੁਹਾਨੂੰ ਕਿਉਂ ਜੀ ਭਾਜੀ ਆਰਡਰ ਕਾਹਦੇ ਵਾਸਤੇ ਦਿੱਤਾ ਸੀ ਅੱਲਾ ਵਾਸਤੇ ਉਹ ਹੈਲੋ ਅੱਲਾ ਵਾਸਤੇ ਨਹੀਂ ਪੈਸੇ ਦੇਣੇ ਪੈਣੇ ਤੁਹਾਨੂੰ ਇੱਥੇ ਕਾਦੇ ਭਾਂਡੇ ਧੋਣੇ ਪੈਣੇ ਸਾਨੂੰ ਸਾਰੀ ਰਾਤ ਹਾਂਜੀ ਸਾਰੀ ਰਾਤ ਹਾਂਜੀ ਭਾਂਡੇ ਹਾਂਜੀ ਹਾਂਜੀ ਸਾਰੀ ਰਾਤ ਸਾਰੀ ਰਾਤ ਪਾਗਲ ਹੋਏ ਮੈਂ ਵੇਖੇ ਨੀ ਭਾਂਡੇ ਥੋੜੇ ਜਿਹੇ ਭਾਂਡੇ ਲੋ ਜੀ ਘੰਟਾ ਲੱਗਣਾ ਇੱਕ ਉੱਠੋ ਉੱਠੋ ਮੇਰੇ ਜੱਟ ਸੁਣੇ